प्यारे विद्यार्थियों, जिवें कि तुहानूं पता है असी भिन्नां बारे जानकारी हासिल कर रहे हां। आओ पेपर कटिंग एक्टिविटी राही असी भिन्नां दी तुलना बारे होर जानकारी हासिल करिए। इह इक पूरा भाग है, जेकर असी इस नूं बराबर दो भागां विच वंडदे हां तां देखो बच्चों इक्को जिहे दो भाग प्राप्त हो जांदे हन। इसे तरह ही जेकर असी प्यारे विद्यार्थियों एक दे जिवें दो भाग देखे, हुण असी इक पूरे हिस्से दे तीन भाग करके देखते हाँ। आ देखो बिल्कुल 1/3 दे उपर आ गया। इस तरह ही ये भाग 1/3 दे उपर आ गया, ये भी भाग 1/3 दे उपर आ गया। इस तरह एक दे तीन हिस्से कर दिते ते हरेक हिस्से का नाम की आ गया 1/3। इस तरह जे आपां एक नूं बराबर चार भागां विच वंडदे हाँ तां बच्चिओ देखो ये बिल्कुल इक्को जिहे चार भागां विच वंडिया गया है। हर एक भाग का नौ 1/4 है। इसे तरह ही असी 1/5 हिस्से कर पांच हिस्से कर लवेंगे। जेकर एक दे असी पांच बराबर बराबर हिस्से कर दिए तां हरेक हिस्से का नाम की आ जाएगा 1/5। इसे तरह ही 1/6 जेकर असी एक दे छे हिस्से करिए तां हर हिस्से नूं की कहांगे 1/6। इसे तरह जे आपां एक दे 8 भाग करदे हां ता 8 बराबर भागां विच वंड जाएगा। इसे तरह अगे अगे आपां वक्खो वक्खरे भाग कर सकते हैं। हर एक भिन्न 1/1 जिवें इह भाग 10 करे सी, इहदे विच हर एक भिन्न 1/10 कह लाउंदी है। हुण असीं भिन्नां दी तुलना बारे जानकारी देवांगे, जानकारी प्राप्त करांगे, क्योंकि 1/2, 1/3, 1/4, 1/5, 1/6, 1/8। इसे तरह जे देखा जाए ਤਾਂ ਹਰ ਇੱਕ ਭਿੰਨ ਜਿਵੇਂ ਜਿਵੇਂ ਇਸ ਦਾ ਹਰ ਵੱਡਾ ਹੁੰਦਾ ਜਾ ਰਿਹਾ ਹੈ, ਉਸੇ ਤਰ੍ਹਾਂ ਭਿੰਨ ਦਾ ਭਾਗ ਵੀ ਛੋਟਾ ਹੁੰਦਾ ਜਾ ਰਿਹਾ ਹੈ। ਆਮ ਦੇਖਣ ਦੇ ਵਿੱਚ ਆਇਆ ਹੈ ਜਦੋਂ ਵੀ 1/2 ਤੇ 1/5 ਨੂੰ ਅਸੀਂ ਤੁਲਨਾ ਕਰਨ ਲਈ ਬੱਚਿਆਂ ਨੂੰ ਕਹਿੰਦੇ ਹਾਂ ਤਾਂ ਬੱਚਾ ਵੱਡਾ ਅੱਖਰ ਦੇਖ ਕੇ 1/5 ਨੂੰ ਹੀ ਵੱਡਾ ਭਾਗ ਕਹਿੰਦੇ ਹੈ। ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨਾਂ ਪੱਟੀਆਂ ਵਿੱਚੋਂ ਸਾਨੂੰ ਸਾਫ ਭਿੰਨਾਂ ਦੀ ਤੁਲਨਾ ਨਜ਼ਰ ਆ ਰਹੀ ਹੈ। ਜੇਕਰ ਮੈਂ ਤੁਹਾਨੂੰ ਕਹਾਂ 1/3 ਤੇ 1/4 ਵਿੱਚੋਂ ਦੇਖੋ ਕਿਹੜੀ ਵੱਡੀ ਕਿਹੜੀ ਛੋਟੀ, ਬਿਲਕੁਲ ਠੀਕ 1/3 ਵੱਡੀ ਭਿੰਨ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਹੀ 1/3 ਤੇ 1/6 ਵਿੱਚੋਂ ਦੇਖੋ ਬੱਚਿਓ ਧਿਆਨ ਨਾਲ ਕਿਹੜੀ ਵੱਡੀ ਤੇ ਕਿਹੜੀ ਛੋਟੀ ਨਜ਼ਰ ਆ ਰਹੀ ਹੈ। ਤੁਹਾਡੇ ਸਾਹਮਣੇ 1/6 ਦੀ ਡੱਬੀ ਛੋਟੀ, 1/3 ਦੀ ਵੱਡੀ ਡੱਬੀ ਨਜ਼ਰ ਆ ਰਹੀ ਹੈ, ਇਸ ਕਰਕੇ 1/6 ਛੋਟੀ ਹੋਏਗੀ। ਇਸੇ ਐਕਟੀਵਿਟੀ ਤੋਂ ਹੁਣ ਅਸੀਂ ਭਿੰਨਾਂ ਦੀ ਤਿੰਨ ਭਿੰਨਾਂ ਬਾਰੇ ਜਾਣਕਾਰੀ ਲਵਾਂਗੇ। ਬੱਚਿਓ ਦੇਖੋ ਆਹ ਜਿਹੜਾ ਸੈਂਟਰ ਦੇ ਵਿੱਚ ਇੱਕ ਲਾਈਨ ਜਾ ਰਹੀ ਹੈ, ਇੱਥੋਂ ਪਤਾ ਲੱਗਦਾ ਹੈ ਜੇ ਆਪਾਂ ਫੁੱਟਾ ਰੱਖ ਕੇ ਦੇਖੀਏ ਆਹ ਭਾਗ ਆਹ ਦੋ ਭਾਗਾਂ ਦੇ ਬਰਾਬਰ ਹੈ। ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ 1/2 ਦੀ ਤੁਲ ਭਿੰਨ 2/4 ਹੈ, ਕਿਉਂਕਿ ਦੋ ਭਾਗ 1/4 ਦੇ ਹਨ, ਇਹਨਾਂ ਨੂੰ ਜੇ ਜੋੜਿਆ ਜਾਵੇ ਤਾਂ 2/4 ਹੈ। ਇਸੇ ਤਰ੍ਹਾਂ ਹੀ 1/2 ਦੇ ਬਰਾਬਰ 3/6 ਹੈ, ਇਸੇ ਤਰ੍ਹਾਂ ਹੀ 4/8 ਹੈ, ਇਸੇ ਤਰ੍ਹਾਂ ਹੀ 5/10 ਹੈ। ਤੁਲ ਤੋਂ ਭਾਵ ਤਾਂ ਤੁਸੀਂ ਹੁਣ ਸਮਝ ਹੀ ਗਏ, ਜਿਵੇਂ ਕਿ ਸਰ ਨੇ ਦੱਸਿਆ ਕਿ ਤੁਲ ਮੇਨੇ ਬਰਾਬਰ। ਇਸ ਤਰ੍ਹਾਂ ਅਸੀਂ ਇਸ ਹਿੱਸੇ ਨੂੰ ਬਰਾਬਰ ਬਰਾਬਰ ਦੇਖ ਰਹੇ ਹਾਂ ਕਿ 1/2 ਦੇ ਬਰਾਬਰ ਹਿੱਸੇ ਕਿਹੜੇ ਬਣਦੇ ਹਨ। ਜਿਵੇਂ ਕਿ ਸਰ ਨੇ ਤੁਹਾਨੂੰ ਸਮਝਾ ਦਿੱਤਾ ਕਿ 1/2 ਦੇ ਬਰਾਬਰ ਹਿੱਸੇ ਆ 1/4 ਤੇ 1/4 ਦੋਨੋਂ ਜੋੜ ਕੇ ਬਣਦੇ ਹਨ, ਭਾਵ ਕਿ 2/4 1/2 ਦੇ ਬਿਲਕੁਲ ਬਰਾਬਰ ਬਰਾਬਰ, ਯਾਨੀ ਕਿ ਤੁਲ ਯਾਨੀ ਸਮ ਭਿੰਨ ਕਹਾਉਂਦੀ ਹੈ। ਇਸੇ ਤਰ੍ਹਾਂ ਅਸੀਂ ਭਿੰਨਾਂ ਦਾ ਜੋੜ ਅਤੇ ਭਿੰਨਾਂ ਦੀ ਘਟਾਓ ਬਾਰੇ ਵੀ ਪੇਪਰ ਕਟਿੰਗ ਰਾਹੀਂ ਦਿਖਾਵਾਂਗੇ। ਦੇਖੋ ਬੱਚਿਓ 1/2 ਤੇ 1/3, 1/3 ਦਾ ਜੇ ਅਸੀਂ ਜੋੜ ਕਰਦੇ ਹਾਂ ਤਾਂ ਦੇਖੋ ਇਹਨੂੰ ਜੇ ਇਹਦੇ ਨਾਲ ਲਾ ਦਿੱਤਾ ਜਾਵੇ, ਇਹਨੂੰ ਆਪਾਂ ਦੇਖਦੇ ਹਾਂ ਕਿੱਥੇ ਜਾ ਕੇ ਇਹ ਭਿੰਨਾਂ ਦੇ ਵਿੱਚ ਮਿਲੇਗਾ। ਆਹ ਦੇਖੋ ਬੱਚਿਓ ਇੱਥੇ ਜਾ ਕੇ ਇਹ ਬਿਲਕੁਲ ਪੂਰੇ ਡੱਬਿਆਂ ਦੇ ਵਿੱਚ ਫਿੱਟ ਹੋ ਗਿਆ ਹੈ। ਇੱਥੋਂ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਦੂਰ ਕਰਕੇ ਦੇਖਾਂਗੇ ਵੀ ਇਹ ਕਿਸ ਦੇ ਬਰਾਬਰ ਹੈ। ਆਹ ਬੱਚਿਓ ਦੇਖੋ 1/6 ਦੇ ਬਰਾਬਰ 5 ਭਾਗ ਨੇ ਜਿਹੜੇ, ਉਹਦੇ ਬਰਾਬਰ 1/3 ਤੇ 1/2 ਦਾ ਜੋੜ ਹੈ ਜਿਹੜਾ ਉਹ ਹੈ 1, 2, 3, 4, 5, ਇਸ ਲਈ ਇਸ ਦਾ ਜੋੜ 5/6 ਹੈ। ਇਸੇ ਤਰ੍ਹਾਂ ਹੀ ਅਸੀਂ ਇਹਨਾਂ ਦੇ ਅੰਤਰ ਬਾਰੇ ਵੀ ਦੇਖਾਂਗੇ। 1/2 ਦੇ ਵਿੱਚੋਂ ਜੇ ਅਸੀਂ 1/3 ਨੂੰ ਘਟਾ ਦਈਏ, ਆਪਾਂ ਦੇਖੋ 1/3 ਤੇ 1/2 ਦਾ ਜਿਹੜਾ ਜੋੜ ਹੈ ਉਹ ਆਪਾਂ ਹੁਣੇ ਕਰਕੇ ਹਟੇ ਹਾਂ, ਬਈ ਉਹ ਆਪਾਂ 5/6 ਕੱਢਿਆ ਸੀ। ਪਰ ਜੇ ਅਸੀਂ 1/2 ਦੇ ਵਿੱਚੋਂ 1/3 ਨੂੰ ਘਟਾ ਦਈਏ, ਇਹ ਜਿਹੜਾ ਭਾਗ ਆਪਾਂ ਕੱਟਿਆ ਵਿੱਚੋਂ, ਇਹ ਭਾਗ ਦੇਖੋ ਕਿੱਥੇ ਜਾ ਕੇ ਫਿੱਟ ਹੁੰਦਾ ਹੈ। ਇੱਥੇ ਤਾਂ ਫਿੱਟ ਨਹੀਂ ਹੋ ਰਿਹਾ, ਇੱਥੇ ਵੀ ਫਿੱਟ ਨਹੀਂ ਹੋ ਰਿਹਾ, ਇਹ ਹੁਣ ਆਪਾਂ 1/6 ਤੇ ਜਾ ਕੇ ਫਿੱਟ ਹੋ ਰਿਹਾ ਹੈ।
इस लई जे असी 1/2 पिन दे विच्चों 1/3 नूं घटाईए तां इह अपने कोल 1/6 प्राप्त हुंदा है। इसे तरह ही विद्यार्थियो 1/2 पिन विच जेकर असी पेपर कटिंग दे नाल 1/4 पिन नूं जोड़ना चाहिए, तुहाडे सामने देखो 1/2 ते पट्टी फिट होई है, बिल्कुल 1/4 पिन ते बिल्कुल पट्टी फिट होई है। असी इन्हां पिनां दा जोड़ प्राप्त करन जा रहे हां। 1/2 विच जे 1/4 जोड़ दिता जावे, आ देखो इन्नी पट्टी बन जाती है। असी हुण इस पट्टी नूं बिल्कुल बराबर बराबर करके सामने लियाण दी कोशिश करांगे कि किस पट्टी दे बराबर बन जाती है। 1/2 ते 1/4 1/4 वाले हिस्से विच इह दोनों पट्टियां बराबर बन जांदियां हन। इस तों भाव है 1/4 जमा 1/4 भाव के 3/4 दे बराबर बन जाती है। इसे तरह असी इन्हां दा अंतर भी करके देखांगे। 1/2 जमा 1/4 बन गया 3/4। हुण इस दा अंतर देखण जा रहे हां। हां जी सर, 1/2 देखो बच्चो, 1/2 ते 1/4 ਦੇ ਵਿੱਚੋਂ ਜੇ ਆਪਾਂ ਘਟਾ ਦਿੰਦੇ ਹਾਂ ਤਾਂ ਆਪਾਂ ਨੂੰ ਆਹ ਹਿੱਸਾ ਪ੍ਰਾਪਤ ਹੁੰਦਾ ਹੈ। ਇਹਨੂੰ ਆਪਾਂ ਕਿਸ ਪੱਟੀ ਦੇ ਵਿੱਚ ਲਾ ਕੇ ਦੇਖਾਂਗੇ ਜਿੱਥੇ ਫਿੱਟ ਹੋ ਗਈ। ਇੱਥੇ ਇਹ ਫਿੱਟ ਹੋ ਗਈ ਹੈ, ਆ ਦੇਖੋ ਇਹ ਵੀ ਭਾਗ ਬਰਾਬਰ ਹੈ ਅਤੇ ਇਹ ਵੀ ਭਾਗ ਬਰਾਬਰ ਹੈ। ਇਸ ਲਈ 1/2 ਘਟਾਓ 1/4 ਬਰਾਬਰ ਹੈ 1/4। ਆਓ ਅਸੀਂ ਇਹਨਾਂ ਦਾ ਜੋੜ ਘਟਾਓ ਕੱਟ ਆਊਟਸ ਦੇ ਰਾਹੀਂ ਸਿੱਖਣ ਦੀ ਕੋਸ਼ਿਸ਼ ਕਰੀਏ। ਪਿਆਰੇ ਬੱਚਿਓ, ਆਪਣੇ ਕੋਲ ਇੱਕ ਚੱਕਰ ਹੈ, ਇਸ ਚੱਕਰ ਦੇ ਅਸੀਂ 4 ਬਰਾਬਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ। 1, 2, 3, 4 ਇਹ ਜਿਹੜਾ ਭਾਗ ਹੈ ਪੂਰੇ ਦਾ 1/4 ਹੈ, ਜਿਸ ਨੂੰ ਅਸੀਂ 1/4 ਪਿੰਨ ਕਹਿੰਦੇ ਹਾਂ। ਇਸ ਦੇ ਵਿੱਚ ਆਪਾਂ ਇੱਕ ਹੋਰ ਚੱਕਰ ਹੈ ਜਿਸ ਨੂੰ ਮੈਂ 6 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ। ਹਰ ਇੱਕ ਭਾਗ ਇੱਕ ਕਾਊਂਟ ਕਰਕੇ ਆਪਾਂ ਦੇਖਦੇ ਹਾਂ ਪਿਆਰੇ ਬੱਚਿਓ, 1, 2, 3, 4, 5 ਤੇ 6 ਇਸ ਦਾ ਜੇ ਇੱਕ ਭਾਗ ਅਸੀਂ ਲੈ ਲੈਂਦੇ ਹਾਂ, ਇਹ ਪੂਰੇ ਦਾ 6ਵਾਂ ਭਾਗ ਹੈ ਜਿਸ ਨੂੰ ਅਸੀਂ 1/6 ਕਹਿੰਦੇ ਹਾਂ। ਤੇ ਇਹ 1/6 ਨੂੰ ਜੇ ਅਸੀਂ 1/4 ਦੇ ਵਿੱਚ ਜੋੜਨਾ ਚਾਹੀਏ ਤਾਂ ਸਾਨੂੰ ਕੀ ਕਰਨਾ ਪਵੇਗਾ? 1/4 ਅਤੇ 1/6 ਨੂੰ ਜੇਕਰ ਅਸੀਂ ਜੋੜੀਏ ਤਾਂ ਸਾਨੂੰ ਪਤਾ ਹੈ ਕਿ ਹਰ ਦਾ ਸਾਨੂੰ ਲਘੁੱਤਮ ਕੱਢਣਾ ਪਵੇਗਾ, ਭਾਵ ਕਿ 4 ਅਤੇ 6 ਦਾ ਲਘੁੱਤਮ ਕੱਢਣਾ ਪਵੇਗਾ। ਮੈਥ ਮੇਲਿਆਂ ਦੇ ਵਿੱਚ ਤੁਸੀਂ ਬੜੇ ਬਖੂਬੀ ਤਰੀਕੇ ਨਾਲ ਲਘੁੱਤਮ ਕੱਢਣਾ ਸਿੱਖਿਆ। ਮੈਨੂੰ ਪਤਾ ਹੈ ਕੁਝ ਵਿਦਿਆਰਥੀਆਂ ਨੇ ਬੋਲ ਵੀ ਦਿੱਤਾ ਕਿ 4 ਤੇ 6 ਦਾ ਲਘੁੱਤਮ ਕਿੰਨਾ? 4 ਤੇ 6 ਦਾ ਲਘੁੱਤਮ ਆਏਗਾ 12। ਇਸ ਤੋਂ ਬਾਅਦ ਜੇ ਆਪਣੇ ਕੋਲ ਲਘੁੱਤਮ ਦੋਨਾਂ ਹਰਾਂ ਦਾ 12 ਹੈ ਤਾਂ ਸਾਨੂੰ ਇੱਕ ਇਸ ਤਰ੍ਹਾਂ ਦਾ ਚੱਕਰ ਲੈਣਾ ਪਵੇਗਾ ਜਿਸ ਚੱਕਰ ਦੇ ਬਰਾਬਰ 12 ਭਾਗਾਂ ਵਿੱਚ ਅਸੀਂ ਵੰਡਿਆ ਹੈ। ਇਸੇ ਤਰ੍ਹਾਂ ਆਹ ਆਪਣੇ ਕੋਲ ਚੱਕਰ ਹੈ ਜਿਸ ਦੇ ਪੂਰੇ 12 ਭਾਗ ਹਨ। ਕਾਊਂਟ ਕਰਕੇ ਦੇਖਦੇ ਹਾਂ ਬੱਚਿਓ, 1, 2, 3, 4, 5, 6, 7, 8, 9, 10, 11, 12 ਇਹ ਆਪਣੇ ਕੋਲ ਇਹਦਾ ਜਿਹੜਾ ਇੱਕ ਹਿੱਸਾ ਹੈ ਪੂਰੇ ਦਾ 12ਵਾਂ ਭਾਗ ਹੈ ਜਿਸ ਨੂੰ ਅਸੀਂ 1/12 ਕਹਿੰਦੇ ਹਾਂ। ਤੇ ਇਸ ਦੇ ਵਿੱਚ ਸਾਰੇ ਭਾਗ ਨੇ ਜਿਹੜੇ 12 ਭਾਗਾਂ ਵਿੱਚ ਵੰਡਿਆ ਹੈ। ਇਸੇ ਤਰ੍ਹਾਂ ਇਹਨਾਂ ਨੂੰ ਅਸੀਂ ਚੱਕ ਕੇ ਇਸ ਦੇ ਉੱਤੇ ਰੱਖ ਕੇ ਦੇਖਾਂਗੇ ਵੀ ਕਿੰਨੇ ਭਾਗਾਂ ਨੂੰ ਇਸਨੇ ਇਸਦਿਆਂ ਨੂੰ ਢੱਕ ਲਿਆ ਹੈ। ਜਿਹੜੇ ਭਾਗ ਢੱਕ ਗਏ ਹਨ ਉਹਨਾਂ ਤੋਂ ਬਿਨਾਂ ਜਿੰਨੇ ਭਾਗ ਹਨ ਉਹਨਾਂ ਨੂੰ ਆਪਾਂ ਕਾਊਂਟ ਕਰਾਂਗੇ, 1, 2, 3, 4, 5, 6, 7 ਇਸ ਲਈ ਟੋਟਲ 12 ਭਾਗਾਂ ਵਿੱਚੋਂ ਇਸ ਦੇ ਭਾਗਾਂ ਨੇ 5 ਭਾਗਾਂ ਨੂੰ ਢੱਕਿਆ ਹੋਇਆ ਹੈ। ਇਸ ਲਈ ਇਹਨਾਂ ਦਾ ਜੋੜ 1/4 ਤੇ 1/6 ਦਾ ਜੋੜ 5/12 ਹੋਵੇਗਾ। ਆਓ ਪਿਆਰੇ ਵਿਦਿਆਰਥੀਓ, ਅਸੀਂ ਪਿੰਨਾਂ ਦੀ ਘਟਾਓ ਸਿੱਖੀਏ। 1/4 ਅਤੇ 1/6 ਨੂੰ ਅਸੀਂ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ। 1/4 ਭਾਗ ਜਿਵੇਂ ਕਿ ਸਰ ਨੇ 1/4 ਹਿੱਸਾ ਲਿਆ, ਅਸੀਂ 1/4 ਹਿੱਸਾ ਲੈ ਲਿਆ। ਇਹਦੇ ਵਿੱਚੋਂ ਅਸੀਂ 1/6 ਹਿੱਸੇ ਘਟਾਉਣ ਦੀ ਕੋਸ਼ਿਸ਼ ਕਰਾਂਗੇ। 1/6 ਹਿੱਸੇ ਘਟਾਏ, ਤੁਹਾਨੂੰ ਪਤਾ ਹੈ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ 4 ਅਤੇ 6 ਦਾ ਲਘੁੱਤਮ 12 ਹੁੰਦਾ ਹੈ। ਇਸ ਕਰਕੇ ਸਾਨੂੰ ਅਜਿਹਾ ਕੱਟ ਆਊਟਸ ਲੈਣਾ ਪਵੇਗਾ ਜਿਸ ਦੇ 12 ਭਾਗ ਕੀਤੇ ਹੋਣ। ਤੁਹਾਡੇ ਸਾਹਮਣੇ ਹੈ ਇੱਕ ਪੂਰੇ ਚੱਕਰ ਦੇ 12 ਹਿੱਸੇ ਕੀਤੇ ਹਨ। ਇਸ ਦੇ ਵਿੱਚੋਂ ਅਸੀਂ ਇੱਕ ਹਿੱਸਾ ਕੱਢ ਕੇ ਕੋਸ਼ਿਸ਼ ਕਰਦੇ ਹਾਂ ਇਸ ਤੇ ਲਗਾਉਣ ਦੀ ਕਿ ਜੇਕਰ ਇਸ ਨੇ ਪੂਰਾ ਪੂਰਾ ਢੱਕ ਲਿਆ ਕਿ ਨਹੀਂ ਢੱਕ ਲਿਆ। ਬਿਲਕੁਲ ਢੱਕ ਲਿਆ ਹੈ ਜੀ। ਆਹ ਦੇਖੋ 1/4 ਨੂੰ 1/6 ਤੇ 1/12 ਨੇ ਪੂਰਾ ਪੂਰਾ ਢੱਕ ਲਿਆ ਹੈ। ਜੇ ਅਸੀਂ 1/4 ਦੇ ਵਿੱਚੋਂ 1/6 ਨੂੰ ਘਟਾ ਦਿੰਦੇ ਹਾਂ ਤਾਂ ਸਾਡੇ ਕੋਲ ਇਹ ਹਿੱਸਾ ਪ੍ਰਾਪਤ ਹੁੰਦਾ ਹੈ। ਇਹ ਹਿੱਸਾ ਆਪਣੇ ਕੋਲ
पूरे दे बारहवें भाग का एक हिस्सा है, इसलिए इस नूं आपां एक बटा बारह कहांगे। ओके बच्चो, ए तुसी बहुत वधिया तरीके नाल जोड़ भी सीख लिया है ते घटाओ भी सीख लिया है। भाव के ਭਿੰਨਾਂ ਦੇ ਬਾਰੇ ਅਸੀਂ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਕਰਦੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਘਰ ਜਾ ਕੇ ਇਹਨਾਂ ਸਵਾਲਾਂ ਦੀ ਜ਼ਰੂਰ ਹੀ ਦੁਹਰਾਈ ਕਰਦੇ ਰਹੋਗੇ।